ਵਾਲੇਕੁਮ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਯਾਰ ਮੈਂ ਤੁਹਾਨੂੰ ਆਪਣਾ ਸੋਲਰ ਪੰਪ ਜਿਹੜਾ ਲਵਾਇਆ ਸੀ ਨਾ ਹੱਥੇ 'ਚ ਉਹ ਤੁਹਾਨੂੰ ਚੈੱਕ ਕਰਵਾਉਣਾ ਕਿੱਦਾਂ ਦਾ ਹੋ ਗਿਆ ਤਿਆਰ ਤੇ ਬਾਅਦ 'ਚੋਂ ਆਪਾਂ ਬਾਕੀ ਚੀਜ਼ਾਂ ਦੇਖਦੇ ਹਾਂ। ਪਹਿਲੇ ਮੈਂ ਤੁਹਾਨੂੰ ਆਪਣਾ ਸੋਲਰ ਪੰਪ ਚੈੱਕ ਕਰਵਾ ਦਾਂ ਕਿੰਨੀਆਂ ਪਲੇਟਾਂ ਤੇ ਲੱਗਾ ਤੇ ਉਹ ਵੀ ਚੈੱਕ ਕਰਵਾਉਣਾ ਕਿੰਨੇ ਖਰਚਾ ਆਇਆ ਉਹ ਵੀ ਦੱਸਾਂਗੇ ਤੇ ਚਲੋ ਕਰਦੇ ਹਾਂ ਕੰਮ ਸਟਾਰਟ। ਇਨਵਰਸੀਬਲ ਮੋਟਰ ਲੱਗੀ ਹੋਈ ਆਹ ਜਗ੍ਹਾ ਤੇ ਠੀਕ ਆ ਇਹਦੇ ਵਿੱਚ ਇਨਵਰਸੀਬਲ ਮੋਟਰ ਆ ਠੀਕ ਆ ਤੇ ਆਪਣਾ ਇਨਵਰਸੀਬਲ ਮੋਟਰ ਲਾਈ ਹੋਈ ਆ ਤੇ ਉਹ ਸਾਹਮਣੇ ਨਾ ਪਲੇਟਾਂ ਲੱਗੀਆਂ ਤੁਸੀਂ ਦੇਖ ਤੇ ਲਏ ਜੀ ਦੋ ਪਲੇਟਾਂ ਲਾਈਆਂ ਠੀਕ ਆ ਜੀ। ਇਨਵਰਸੀਬਲ ਪੰਪ ਆ ਪੌਣੀ ਦਾ ਲੱਗਾ ਉਹ ਸੂਤਰਾਂ ਦੇ ਵਿੱਚ ਇਹਨੂੰ ਆ ਜਾਓ ਜੀ ਜਿਹੜਾ ਆਮ ਆਪਣੇ ਘਰ ਦੇ ਵਿੱਚ ਲੱਗਾ ਹੁੰਦਾ ਤੁਸੀਂ ਆਹ ਬਟਨ ਲਗਾਇਆ ਆਪਾਂ ਠੀਕ ਆ ਤੇ ਆਹ ਇਹਦਾ ਪ੍ਰੈਸ਼ਰ ਚੈੱਕ ਕਰ ਲਓ ਉੱਧਰ ਵੀ ਪ੍ਰੈਸ਼ਰ ਜਾਂਦਾ ਪਿਆ। ਇੱਕ ਵਾਰੀ ਮੈਂ ਤੁਹਾਨੂੰ ਨਾ ਉੱਧਰੋਂ ਵਾਲ ਬੰਦ ਕਰਕੇ ਇਹਦਾ ਪ੍ਰੈਸ਼ਰ ਚੈੱਕ ਕਰਵਾ ਦਿੰਦਾ ਠੀਕ ਆ ਪਾਣੀ ਉੱਧਰ ਵੀ ਜਾਂਦਾ ਪਿਆ ਵਾ ਆਹ ਦੋ ਹਿੱਸਿਆਂ 'ਚ ਆ ਰਿਹਾ ਠੀਕ ਆ ਅਤੇ ਜ਼ਰਾ ਮੈਂ ਤੁਹਾਨੂੰ ਹੁਣ ਪ੍ਰੈਸ਼ਰ ਚੈੱਕ ਕਰਵਾਉਂਦਾ ਇਹਨੂੰ ਬੰਦ ਕਰਕੇ ਇਹ ਆਹ ਬੰਦ ਹੋ ਗਿਆ ਉਹ ਪ੍ਰੈਸ਼ਰ ਚੈੱਕ ਕਰ ਲਓ ਕਿੰਨਾ ਉਹ ਉੱਥੇ ਲੱਗਾ ਉੱਥੋਂ ਚੁੱਕ ਕੇ ਉਹ ਉੱਥੇ ਮਾਰਨ ਦਿਆ ਪਾਣੀ ਅਤੇ ਆਪਾਂ ਇੱਕ ਵਾਰੀ ਆਹ ਖੋਲ੍ਹ ਦਈਏ ਕਿਉਂਕਿ ਉਹਨਾਂ ਦਾ ਵੀ ਕੰਮ ਹੁੰਦਾ ਰਹੇ ਠੀਕ ਆ ਅਤੇ ਹੁਣ ਆਪਾਂ ਚੱਲਦੇ ਹਾਂ ਨਾਲ ਤੁਹਾਨੂੰ ਦੱਸਦੇ ਹਾਂ ਆਹ ਜਿਹੜਾ ਬੋਰ ਅਤੇ ਵਿੱਚ ਮੋਟਰ ਇਹ ਲੱਗੀ ਆਪਣੇ 55,000 ਰੁਪਏ ਦੇ ਵਿੱਚ ਠੀਕ ਆ 55,000 ਰੁਪਏ 'ਚ ਮੋਟਰ ਵਿੱਚ ਪੰਪ ਰੱਖ ਕੇ ਬੋਰ ਕਰਕੇ ਵਿੱਚ ਮੋਟਰ ਰੱਖ ਕੇ ਇਨਵਰਸੀਬਲ 55,000 ਰੁਪਇਆ ਲੱਗਾ 33,000 ਰੁਪਏ ਦੀ ਇੱਕ ਪਲੇਟ ਆਈ ਆ ਠੀਕ ਆ ਉਸ ਤੋਂ ਬਾਅਦ ਆ ਤਾਰ ਵਗੈਰਾ ਦਾ ਖਰਚਾ ਖੁਰਚਾ ਪਾ ਕੇ ਨਾ ਖਰਚਾ ਖੁਰਚਾ ਪਾ ਕੇ ਆਪਣਾ ਜਿਹੜਾ ਕੰਮ ਪਹੁੰਚ ਜਾਂਦਾ ਉਹ ਪਹੁੰਚ ਜਾਂਦਾ ਵਾ ਤਕਰੀਬਨ 1,20,25,30,20,25 ਦੇ ਵਿੱਚ ਕਿਉਂਕਿ 33,000 ਰੁਪਏ ਦੀਆਂ ਪਲੇਟਾਂ 56,000 ਰੁਪਈਆ ਆਪਣਾ ਮੋਟਰ ਦੇ ਬੋਰ ਕਰਾਈ ਦਾ ਉਸ ਤੋਂ ਬਾਅਦ ਆਪਣੇ ਜਿਹੜੇ ਪੈਸੇ ਲੱਗੇ ਆ ਉਹਦੇ 'ਤੇ ਉਸ ਤੋਂ ਬਾਅਦ ਆਪਣੇ ਜਿਹੜੇ ਪੈਸੇ ਲੱਗੇ ਆ ਨਾ ਉਹ ਲੱਗਿਆ ਵਿੱਚ ਬੋਰ ਕਰਾਈ ਮਾ ਨਾਲ ਖਾਣਾ ਖੁਣਾ ਉਹਨਾਂ ਦਾ ਜਿਹੜਾ ਮਿਸਤਰੀ ਲਾਉਣ ਆਏ ਸੀ ਠੀਕ ਆ ਅਤੇ ਵੀਡੀਓ ਅੱਛੀ ਲੱਗੀ ਹੋਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਅਤੇ ਮੁਕੰਮਲ ਡਿਟੇਲ ਦੇ ਨਾਲ ਵੀਡੀਓ ਫਿਰ ਕਿਸੇ ਦਿਨ ਬਣਾਵਾਂਗੇ ਇਹਦੀ ਓਕੇ ਹੋ ਗਿਆ ਸਰ।